मेरे वालों थानू सारे नू प्यार भरी सत श्री अकाल। अज थानू दिखाउंदे आ फार्म, उत्थे चलिया ते साडा प्रौणा साहिब वी नाल चलिया, राजा सिंह, इक मलकीत सिंह इक राजा सिंह। चलो फिर भाई, चलो बैठो भाई विच गड्डी ते सारे जणे। मैं बैठूंगा, तुसीं बैठो अगे, थानू वधिया व्यू आऊगा अगे। आ के रखा होया भाई विच, लै भाई फड़ खड़े, मैनू पैर अंदर कर लैण दी कुड़ी किदे। हां फिर मेरी गह बहुत डूंगी रिश्तेदारी हो जानी, जाके देखते फार्म हाउस पंजाबी ने किडिया किडिया मल्ला मारिया, ਕਿੰਨੇ ਬੜੇ ਬੜੇ ਕੰਮ ਕਰੇ ਇੱਥੇ, ਉਹ ਦਿਖਾਉਂਦੇ ਸਾਨੂੰ ਜਾ ਕੇ। ਹੁਣ ਬਸ ਇਹ ਕੁੜੀ ਹੌਲੀ ਚਲਾ ਗੱਡੀ, ਤੂੰ ਤਾਂ ਗੱਡੀ ਬਹੁਤ ਭਜਾਉਂਦੀ ਭਾਈ ਇਹ। ਹਾਂ ਲਓ ਜੀ, ਇੱਧਰ ਨੂੰ ਖੇਤ ਸ਼ੁਰੂ ਹੋ ਚੁੱਕੇ ਆ। ਹਾਂ ਪੂਰੇ ਲਾ ਦਿੱਤੇ ਬੰਦੇ ਕਿੱਧਰ, ਇੱਥੇ ਡੰਗਰਾਂ ਦੇ। ਹਾਂ ਹਾਂ ਲਓ ਜੀ, ਭਾਜੀ ਭਾਜੀ ਕਹਿ ਰਹੇ ਇੱਥੇ ਡੰਗਰਾਂ ਦੀ ਮੰਡੀ ਵੀ ਲੱਗਦੀ ਆ, ਤੇ ਲਿਆਉਣ ਤਾਂ ਭਾਜੀ ਬੋਲੀ ਟੁੱਟ ਦੇਣੀ ਇੰਡੀਆ ਵਾਂਗ। ਫਿਰ ਹਾਂ ਹੁੰਦੇ ਹੀ ਟੁੱਟਦੀ ਆ, ਬੋਲੀ ਟੁੱਟਦੀ ਆ ਉਰੇ ਵੀ। ਆ ਜਾਏਗਾ ਅਰਗ ਪੁੱਛ ਵੀ ਗਏ ਭਾਜੀ। ਲਓ ਜੀ ਆ ਜੀ ਫਾਰਮ ਹਾਊਸ, ਬੇਰੀ ਲੱਗੀ ਹੋਈ ਇੱਧਰ। ਆਹ ਬੇਰੀ, ਇਹਨੂੰ ਬੇਰੀ ਕਹਿੰਦੇ ਜਿਹੜੀ ਤੋੜਦੇ ਇੱਥੇ। ਫਿਰ ਲਓ ਜੀ ਵਿੱਚ ਫਾਰਮ ਹਾਊਸ ਦੇ ਵਿੱਚ ਵਿੱਚ ਜਾ ਰਹੇ ਹਾਂ ਅਸੀਂ, ਅਤੇ ਉਹ ਸਾਹਮਣੇ ਪਹਾੜ ਵੀ ਦਿਖ ਰਹੇ ਆ, ਅਤੇ ਇਹ ਬੇਰੀ ਤੋੜਨ ਇੱਥੇ ਕੰਮ ਵੀ ਆ, ਲੋਕ ਆ ਕੇ ਬੰਦੇ ਤੋੜਦੇ ਵੀ ਆ, ਅਤੇ ਅਸੀਂ ਕਿਹਾ ਚੱਲ ਗੇੜਾ ਕੱਢ ਕੇ ਵਿੱਚ ਵਿੱਚ ਫਾਰਮ ਹਾਊਸ ਦੇ ਇਹਨਾਂ ਬੰਦਿਆਂ ਦੇ। ਬੱਲਾ ਬੱਲਾ ਕੱਢੇ ਕੱਢੇ ਸ਼ੇਰਾਂ ਵਰਗੇ ਕੁੱਤੇ ਆ ਨਾ। ਤਾਂ ਲਓ ਜੀ ਬਹੁਤ ਸੋਹਣੀਆਂ ਬੇਰੀਆਂ, ਬਲਿਊ ਬੇਰੀ, ਉਹ ਸਾਹਮਣੇ ਤੋੜਨ ਵੀ ਲੱਗੇ ਹੋਏ ਆ, ਅਤੇ ਮੈਂ ਖਾਧੀ, ਮੈਨੂੰ ਤਾਂ ਬਹੁਤ ਸਵਾਦ ਲੱਗੀ ਇਹ। ਕਿੱਧਰੋਂ ਜੀ? ਅੱਛਾ ਜੀ, ਹਾਂ ਲਓ ਜੀ, ਲਓ ਜੀ ਇੱਦਾਂ ਟੁੱਟਦੀ ਬੇਰੀ ਆ ਦੇਖੋ। ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਬੇਰੀ ਕਿੱਦਾਂ ਤੋੜੀ ਜਾਂਦੀ, ਆਪਾਂ ਉਹਨਾਂ ਨੂੰ ਮਿਲਾਉਂਦੇ ਜਿਹੜੇ ਬੇਰੀ ਤੋੜ ਰਹੇ ਇੱਥੇ। ਅਤੇ ਮੈਂ ਪਹਿਲਾਂ ਗੱਲ ਕਰ ਰਿਹਾ ਸੀ, ਕਹਿੰਦੇ ਸਾਨੂੰ ਵਰਕਰਾਂ ਦੀ ਬਹੁਤ ਲੋੜ ਆ ਵੀ ਵਰਕਰ ਹੁਣ ਮਿਲਣੇ ਬੇਰੀ ਤੋੜਨ ਵਾਸਤੇ। ਜਿਹੜੇ ਬੰਦੇ ਇੱਥੇ ਵੈਨਕੂਵਰ 'ਚ ਜ਼ਰੂਰ ਕਮੈਂਟ ਕਰੋ ਜਿਹਨੂੰ ਕੰਮ ਦੀ ਲੋੜ ਹੋਵੇ, ਅਤੇ ਪਰਿਵਾਰ ਦੇ ਪਰਿਵਾਰ ਵੀ ਆ ਕੇ ਤੋੜ ਸਕਦੇ। ਜੇ ਤੁਸੀਂ ਪੰਜ ਜਣੇ ਬੰਦੇ ਆ ਤਾਂ ਬੰਦਾ ਦਿਹਾੜੀ ਦਾ ਇੱਥੇ 20,000 ਰੁਪਏ ਬਣਾ ਸਕਦਾ। ਅਤੇ ਬਾਬਾ ਜੀ ਇੱਕ ਦਿਨ ਦਾ ਬੰਦੇ ਕਿੰਨੇ ਕੁ ਬਣਾ ਸਕਦਾ ਪੈਸੇ ਜੇ ਬੰਦਾ ਤੋੜੇ ਇੱਥੇ? ਜੇ ਚੰਗਾ ਤੋੜਿਆ ਬਾਅਦ 150 ਰੁਪਈਆ ਬਣਾ ਲਓ। 150 ਰੁਪਏ ਇੰਡੀਆ ਦਾ ਵੀ, ਜੇ 150 ਲਾ ਕੇ ਚੱਲੀਏ ਤਾਂ ਆਪਾਂ 9,000 ਰੁਪਈਆ ਇੱਕ ਦਿਨ ਦਾ, 9,000 ਰੁਪਈਆ ਬੰਦਾ ਬਣਾ ਸਕਦਾ ਬੇਰੀ ਤੋੜ ਕੇ। ਮਿਹਨਤ ਕਰੇ ਬੰਦਾ 200 ਹੀ ਬਣਾ ਸਕਦਾ, ਜੇ ਸੱਜ ਰਿਹਾ ਜੇ ਸੁਬਹ 6 ਵਜੇ ਤੋਂ ਲੈ ਕੇ ਰਾਤ ਦੇ 10-11 ਵਜੇ ਬਹੁਤ 300 ਰੁਪਈਆ ਬਣਾ ਦਿੰਦੇ ਬਜ ਬਜੇ। ਅੱਛਾ ਜੀ, ਹਾਂ ਠੀਕ ਹੈ ਠੀਕ ਹੈ, ਇੰਨਾ ਤੋੜਦੇ ਆ। ਠੀਕ ਹੈ ਠੀਕ ਹੈ ਠੀਕ ਹੈ, ਹੂੰ ਹੂੰ। ਆ ਦੱਸੋ ਜੀ ਬਾਬਾ ਜੀ ਕਿੱਦਾਂ ਬੇਰੀ ਤੋੜੀ ਜਾਂਦੀ, ਕਿੱਦਾਂ ਡਾਲਰ ਤੋੜੇ ਜਾਂਦੇ? ਬੰਦੇ ਕਹਿੰਦੇ ਨੇ ਅਕਸਰ ਵੀ ਆਹ ਦੇਖੋ ਇੱਧਰ ਪੁੱਛਾਂ, ਤੁਹਾਨੂੰ ਦਿਖਾਉਂਦੇ ਆ ਇੱਕ ਟੁੱਟਦੇ ਆ ਡਾਲਰ ਗਿਰਦੇ ਆ ਦੇਖੋ। ਆਹ ਦੇਖੋ ਸੈਂਟੀਆਂ ਗਿਰ ਰਹੀਆਂ ਥੋੜੀ ਥੋੜੀ ਕਰਕੇ। ਆਹ ਦੇਖੋ ਜੀ ਇੱਧਰ ਸੈਂਟੇ ਆ ਬਾਈ, ਸੈਂਟੇ ਸੈਂਟਾਂ ਤੇ ਗਾਂ ਡਾਲਰ ਬਣਨੇ ਫਿਰ। ਹਾਂ ਠੀਕ ਹੈ ਜੀ, ਫਿਰ ਬਾਬਾ ਫਿਰ ਇਹਨੂੰ ਵੇਚਦੇ ਫਿਰ ਗੋਰਿਆਂ ਫੈਕਟਰੀ ਲੈ ਕੇ ਜਾਂਦੇ ਫਿਰ ਜੀ, ਫਿਰ ਫੈਕਟਰੀਆਂ 'ਚ ਦੇ ਆਉਂਦੇ ਜਾ ਕੇ ਫੈਕਟਰੀ ਜਿਹੜੇ ਇੱਥੇ ਉੱਥੇ ਮੰਗਣ, ਇੰਡੀਆ ਮੰਗਣਾ ਆਏ ਨਹੀਂ ਹੈ ਵੀ ਮੰਡੀ ਲੱਗੀ ਵੀ ਉੱਥੇ ਦੇ ਕੇ ਆਉਣੀ ਹੈ। ਇੱਥੇ ਮੰਡੀ ਨਹੀਂ ਜਿਹੜੀਆਂ ਬਣੀਆਂ ਵੀ ਨਾ, ਇਹਨਾਂ ਦੇ ਵਿੱਚ ਦੇ ਆਉਣੇ, ਉਹਨਾਂ ਨੇ ਆਪਣੇ ਭਾਅ ਨਾਲ ਰੱਖਣੇ ਆ ਜਿੱਕਣ ਕਰਨਗੇ। ਠੀਕ ਹੈ ਠੀਕ, ਮਿਕਸ ਕੋਈ ਨਹੀਂ ਹੈ। ਠੀਕ ਹੈ ਠੀਕ ਹੈ, ਸਾਰਾ ਪਰਿਵਾਰ ਹੀ ਲੱਗਿਆ ਹੋਇਆ ਭਾਈ ਤੋੜਨ ਇੱਥੇ, ਅਤੇ ਮੈਂ ਚਲੋ ਵੀ ਇੱਕ ਜਾਂਦੇ ਜਾਂਦੇ ਇੱਥੇ ਵੀ ਵੀਡੀਓ ਬਣਾਈ ਜਾਵੇ। ਵੈਸੇ ਆਪਣੇ ਸਾਡੇ ਰਿਸ਼ਤੇਦਾਰ ਲੱਗਦੇ, ਰਿਸ਼ਤੇਦਾਰਾਂ ਦੇ ਰਿਸ਼ਤੇਦਾਰ ਲੱਗਦੇ ਕਹਾਂ ਕਹਾਂ, ਉਹਨਾਂ ਨੂੰ ਮਿਲਾਵਾਂਗੇ ਆਪਾਂ। ਉਹ ਇੱਧਰ ਆਉਣਗੇ ਹੁਣ ਥੋੜ੍ਹੇ ਬਿਜੀ ਆ ਉੱਧਰ, ਕਿ ਉੱਧਰ ਗੱਡੀਆਂ ਆ ਕੇ ਖੜੀ ਜਾਂਦੇ, ਜਿਹੜੀ ਬੇਰੀ ਟੁੱਟੀ ਜਾਂਦੀ ਗੋਰੇ ਲੈਣ ਆ ਜਾਂਦੇ ਗੱਡੀਆਂ ਲੈ ਕੇ, ਜਦੋਂ ਗੋਰੇ ਲੈਣ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ। ਅਤੇ ਹੁਣ ਉੱਧਰ ਬਿਜੀ ਹੁੰਦੇ, ਪਹਿਲਾਂ ਪਾਣੀ ਪੂਣੀ ਪੁੱਛ ਕੇ ਗਏ ਆ, ਮਿਲ ਕੇ ਗਏ ਆ ਇਹਦਾ, ਅਤੇ ਬਾਅਦ 'ਚ ਤੁਹਾਨੂੰ ਮਿਲਾਉਂਦੇ ਆ। ਬਾਅਦ ਦੇਖੋ ਆਹ ਬੇਰੀ ਹੈ ਜੀ, ਇਹ ਜਿਹੜੀ ਇੱਦਾਂ ਤੋੜੀ ਜਾਂਦੀ ਆ ਦੇਖੋ, ਇੱਦਾਂ ਆਹ ਦੇਖੋ ਇੱਥੇ ਚੰਗਾ ਜਲ ਲਓ ਜੀ ਤੋੜ ਲੈਂਦੀ ਬੇਰੀ ਫਿਰ ਜੀ, ਹੁਣ ਬਾਅਦ 'ਚ ਤੋਲੀ ਜਾਊਗੀ ਇਹ, ਤੋਲੀ ਜਾਣੀ ਜੀ। ਠੀਕ ਹੈ ਜੀ, ਲਓ ਜੀ ਸਾਡੇ ਰਿਸ਼ਤੇਦਾਰ ਆ ਜੀ ਗਾਹਾਂ 'ਤੇ, ਡੂੰਘੀ 'ਚ ਰਿਸ਼ਤੇਦਾਰੀ ਪੈਂਦੀ ਸਾਡੀ, ਅਤੇ ਸਾਨੂੰ ਕੜਾਹ ਬਣਾ ਕੇ ਲੈ ਕੇ ਆਏ ਆ। ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਜੀ,
ਉਹ ਉਧਰ ਉਹ ਪਰਾਂ ਲੰਘੇ ਹੈ ਅੱਛਾ ਆ ਜਾਓ ਰੋਟੀ ਖਾ ਲਓ ਲਓ ਜੀ ਭਾਜੀ ਵੀ ਆ ਗਏ ਨੇ ਹਾਂਜੀ ਆਓ ਭਜਾਈ ਆਈ ਵੀ ਆਓ ਜੀ ਆਓ ਜੀ ਕਿਆ ਹਾਲ ਹੈ ਜੀ ਠੀਕ ਠਾਕ ਜੀ ਹੈ ਨਾ ਸਰਕਾਰੀ ਘੈਂਟ ਹੈ ਜੀ ਤੁਹਾਡੇ ਥੈਂਕ ਯੂ ਜੀ ਹਾਂ ਲਓ ਜੀ ਪੂਰਾ ਇੰਡੀਆ ਵਾਲਾ ਮਾਹੌਲ ਬਣਾ ਲਿਆ ਲਓ ਜੀ ਹੁਣ ਲੇਖਾ ਜੋਖਾ ਹੋਊਗਾ ਵੀ ਕਿੰਨੇ ਕੁ ਪੈਸੇ ਬਣ ਗਏ ਜੌਨ ਜੀ ਟਰੈਕਟਰ ਵੀ ਖੜਾ ਮੈਂ ਪਹਿਲਾਂ ਵੀ ਦਿਖਾਇਆ ਤਾ ਉਹ ਲੰਘੇ ਲੰਘੇ ਇੱਧਰ ਟਰੱਕ ਆ ਗਿਆ ਤਾ ਅਤੇ ਥੋੜ੍ਹਾ ਅਸੀਂ ਪਿੱਛੇ ਰਹਿ ਗਏ ਚਲੋ 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 ਦੇਖੀਏ ਜਾ ਕੇ ਕਿੱਦਾਂ ਆ ਗਿਆ ਇੱਧਰ ਇੱਦਾਂ ਇੱਦਾਂ ਥੋੜ੍ਹੀ ਜਿਹੀ ਉਡਾਈ ਜਾਂਦੀ ਵੀ ਕੋਈ ਵਿੱਚ ਦੇ ਪੱਤਾ ਪੁੱਤਾ ਨਿਕਲ ਜਾਵੇ ਵਿੱਚ ਕੋਈ ਜਿਹੜਾ ਕੋਈ ਕੂੜਾ ਕੂੜਾ ਜਿਹਾ ਵਿੱਚ ਤਾਂ ਨਿਕਲ ਜਾਂਦਾ ਸਾਰਾ ਅੱਖਾਂ ਲਾ ਕੇ ਉਡਾ ਲੈਂਦੇ ਜਿਹਨੂੰ ਕਹਿੰਦੇ ਉਡਾ ਲੈਂਦੇ ਇੰਡੀਆ 'ਚ ਇਕਤਾਲੀ ਪਾਉਂਡ ਠੀਕ ਹੈ ਜੀ ਅੱਛਾ ਪਾਉਂਡੇ ਕਹਿੰਦੇ ਯਾਦ ਹਾਂਜੀ 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 ਠੀਕ ਹੈ ਜੀ ਉਹ ਸਾਹਮਣੇ ਜਿੱਦਾਂ ਗੋਰੇ ਆ ਕੇ ਲੈਣ ਉਹ ਇੱਥੇ ਆਉਣਗੇ ਲੈਣ ਅਤੇ ਠੀਕ ਹੈ ਜੀ ਇਹ ਘਰ ਦੀ ਦੁਕਾਨ ਖੋਲ੍ਹੀ ਹੋਈ ਆਪਾਂ ਨੇ ਹੈ ਜੀ ਲਾ ਭਾਈ ਆ ਗੋਰੇ ਲੈਣ ਆ ਗਏ ਇੱਧਰ ਹਾਂ ਆ ਜਾਓ ਵੀ ਆ ਜਾਓ ਭਾਈ ਤੁਹਾਨੂੰ ਉਡੀਕ ਰਿਹਾ ਸੀ ਵੱਡੇ ਨਾ Hello. Hello. How are you? Very good. Wonderful. How much are you guys charging for the flat? Like what, a 15-pound, 10-pound flat? What are we looking for? It's a 5-pounder, 10-pounder, 20-pounder. You want to do 10? Okay. 10, 30 bucks. Yeah. Wonderful. Yes, please. How do you have that? 10 pounds. 10 pounds. How about that? ਲੋਪੇ ਲੈ ਚੱਲੇ ਓ ਐਮਾਜ਼ਨ ਬਾਕਸ ਆਈ ਡੋ ਨੋ ਐਮਾਜ਼ਨ ਇਜ਼ ਮੂਵਿੰਗ ਬਲੂਬੇਰੀਜ਼ ਕੀ ਦਾ ਓਕੇ ਨੋ ਐਕਸਟਰਾ ਇਟਸ ਦੇ ਐਕਸਟਰਾ ਨੋ ਬਿਲ ਓਕੇ ਲੋਪੇ ਲੈ ਚੱਲੇ ਇਹ ਬਸ ਫਰੀ ਯੂ ਕੈਨ ਟ੍ਰੈਕ ਲਓ ਜੀ ਹੁਣ ਚੱਲਿਆ ਪਿਆ ਇਹਨਾਂ ਦੇ ਟਰੱਕ ਵੀ ਹੈਗੇ ਬਹੁਤ ਤਕੜਾ ਬਿਜ਼ਨਸ ਹੈ ਅਤੇ ਇੱਧਰ ਇੱਦਾਂ ਗੋਰੇ ਆ ਜਾਂਦੇ ਅਤੇ ਲੈ ਕੇ ਜਾਈ ਜਾਂਦੇ ਆ ਸੋਰੀ ਭਾਅ ਜੀ ਅਤੇ ਹੋਰ ਆ ਜਾਂਦੇ ਲੈ ਕੇ ਜਾਈ ਜਾਂਦੇ ਆ ਵਿਕੀ ਜਾਂਦੀ ਨਾਲ ਫਰੈਸ਼ ਬਲੂਬੇਰੀ ਇਹ ਕੀ ਕਹਿੰਦੇ ਅਸੀਂ ਇੱਥੇ ਨੱਕੇ ਵੀ ਮੋੜਦੇ ਹਾਂ ਅਤੇ ਉਹ ਪਾਣੀ ਵਾਲਾ ਨੱਕਾ ਮੋੜਨ ਚੱਲਿਆ ਹੁਣ ਨੱਕਾ ਟੁੱਟਦਾ ਵੀ ਹੈ ਫਿਰ ਨੱਕਾ ਟੁੱਟ ਵੀ ਜਾਂਦਾ ਹੋਰ ਦੇ ਖੇਤਾਂ 'ਚ ਪਾਣੀ ਚੱਲੀ ਜਾਂਦਾ ਹੋਣਾ ਬਲੂਬੇਰੀ ਆਹ ਨੱਕੇ ਜੀ ਇੱਥੇ ਮੁੜ ਜਾਂਦੇ ਹੈ ਜੀ ਅੱਛਾ ਜੀ ਇਹ ਇੱਥੇ ਬੰਦ ਅੱਛਾ ਜੀ ਅੱਛਾ ਉਹ ਹੈ ਜੀ ਵਿੱਚ ਠੀਕ ਹੈ ਸਿੱਧਾ ਹੀ ਠੀਕ ਹੈ ਵੀ ਬੰਦ ਹੋ ਗਿਆ ਨੱਕਾ ਬੰਦ ਹੋ ਗਿਆ ਜੀ ਅੱਛਾ ਦੂਜੇ ਪਾਸੇ ਹੁਣ ਆਪਾਂ ਛੱਡਾਂਗੇ ਇੱਧਰ ਛੱਡ ਦੇਣਾ ਜੀ ਨਾ ਇਹਦੇ 'ਚ ਬੇਰੀ ਤੋੜਦੇ ਆ ਅੱਛਾ ਜੀ ਇਹਦੇ 'ਚ ਨਹੀਂ ਹੁਣ ਸਿਰੇ 'ਤੇ ਛੱਡਾਂਗੇ ਇੱਥੇ ਬੇਰੀ ਨਹੀਂ ਤੋੜਦੇ ਠੀਕ ਹੈ ਬੇਰੀ ਵਾਲਿਆਂ ਦੇ ਹੱਥ ਗਿੱਲੇ ਹੁੰਦੇ ਅੱਛਾ ਜੀ ਠੀਕ ਹੈ ਕਿੰਨੀ ਜ਼ਮੀਨ ਕਿੰਨੀ ਜੀ ਆਪਣੇ ਇੱਥੇ ਜੀ ਆਪਣੇ ਕੋਲ
सवा पांच एकड़ बिचे फार्म घर बिचे ही ठीक है। कनेडा च आया दो तीन डेढ़ महीना हो ना दो महीने हो चलिया ना दो महीने हो गए उदन की अज शरीर गर्मी आई है पूरी एन एक बार पूरा मुड़ काल है गर्मी का तो हूँ आईए तो हो तैयार आ जाओ भाई खोलो भी दरवाजे हो जाओ जी अगे खुले ही था चलो तेरे सदके फोटोशूट चल रहा दिखाने नहीं है इधर फोटोशूट चल रहा लो जी कॉफ़ी पी ली तो हम आप वीडियो बंद करते हैं चलो बहुत बहुत धन्यवाद थोड़ा मेरा वीडियो देखने वास्ते मिल जाने पर किसी अगली वीडियो के।